ਪੰਜਾਬੀ ਧੀ ਨੇ ਵਧਾਇਆ ਵਿਦੇਸ਼ ਚ ਮਾਣ, ਆਸਮਾਨ ਚ ਲਵੇਗੀ ਉਡਾਰੀਆਂ। ਮਾਪਿਆਂ ਨੂੰ ਚੜਿਆ ਗੋਡੇ ਗੋਡੇ ਚਾ, ਘਰ ਪਹੁੰਚਣ ਤੇ ਹੋਇਆ ਢੋਲ ਧਮਾਕਿਆਂ ਨਾਲ ਸਵਾਗਤ। ਬਚਪਨ ਚ ਲਿਆ ਸੁਪਨਾ ਹੁਣ ਹੋਇਆ ਸੱਚ। ਫਸਟ ਟਾਈਮ ਫਲਾਈ ਕਰਨਾ ਸੀ, ਸੋਲੋ ਡਰ ਲੱਗਦਾ ਸੀ, ਲੈਂਡਿੰਗ ਕਿੱਦਾਂ ਦੀ ਜਾਊਗੀ। ਆਓ ਜਾਣਦੇ ਹਾਂ ਕੀ ਹੈ ਪੂਰੀ ਕਹਾਣੀ। ਮੇਰੀ ਜਰਨੀ ਬਹੁਤ ਅਪਸ ਐਂਡ ਡਾਊਨਸ ਵਾਲੀ ਰਹੀ ਆ। ਮੈਂ ਸਟਾਰਟ ਜਦੋਂ ਕੀਤਾ ਸੀਗਾ, ਮੈਨੂੰ ਸੋਲੋ ਨਹੀਂ ਮਿਲਦੀ ਪਈ ਸੀਗੀ ਵੈਦਰ ਕਰਕੇ। ਮੈਂ ਥੋੜ੍ਹਾ ਜਿਹਾ ਡਾਊਨ ਹੋ ਗਈ ਸੀਗੀ ਕਿ ਬਾਕੀ ਜਣੇ ਸੋਲੋ ਕਰਨ ਵਾਲੇ ਟਾਈਮ 'ਤੇ ਆ ਗਏ, ਮੇਰੀ ਸੋਲੋ ਨਹੀਂ ਹੋਈ ਹਾਲੇ ਤੱਕ। ਬਟ ਇੱਕ ਵਾਰ ਸੋਲੋ ਹੋਈ ਤਾਂ ਮੇਰੀ ਜਿਹੜੀ ਫਲਾਇੰਗ ਹੈ ਕਾਫੀ ਸਮੂਥ ਰਹੀ ਜਦੋਂ ਤੱਕ ਮੈਂ ਆਪਣਾ ਮਲਟੀ ਇੰਜਨ ਨਹੀਂ ਸਟਾਰਟ ਕੀਤਾ। ਐਂਡ ਮਲਟੀ ਇੰਜਨ ਸਟਾਰਟ ਕਰਨ ਤੋਂ ਬਾਅਦ ਇੱਦਾਂ ਸੀਗਾ ਕਿ ਮੈਂ ਇੱਕ ਹੋਰ ਟ੍ਰੇਨਿੰਗ ਹੁੰਦੀ ਆ ਜਿਹਦੇ ਵਿੱਚ ਤੁਹਾਨੂੰ ਇਮਰਜੈਂਸੀਸ ਨੂੰ ਟੈਕਲ ਕਰਨਾ ਆ, ਕਿੱਦਾਂ ਉਹ ਸਾਰਾ ਕੁਝ ਸਿਖਾਉਂਦੇ ਆ। ਮੈਂ ਉਹ ਟ੍ਰੇਨਿੰਗ ਕੀਤੀ। ਮੇਰੇ ਐਗਜ਼ਾਮਸ ਵਾਰ ਨੂੰ ਮੈਨੂੰ ਕੋਵਿਡ ਹੋ ਗਿਆ ਸੀਗਾ ਜਦੋਂ ਮੈਂ ਆਪਣੀ ਫਸਟ ਸਿਟਿੰਗ ਕਰਨੀ ਸੀਗੀ। ਮੈਂ ਆਪਣੇ ਕੋਵਿਡ ਕਰਕੇ ਆਪਣੀ ਫਸਟ ਸਿਟਿੰਗ ਬੈਠ ਨਹੀਂ ਪਾਈ ਸੀ, ਤਾਂ ਮੈਨੂੰ ਉਹ ਵਾਲੇ ਐਗਜ਼ਾਮਸ ਬਾਕੀ ਐਗਜ਼ਾਮਸ ਨਾਲ ਕਲੈਕਟਿਵਲੀ ਕਰਨੇ ਪਏ। ਤਾਂ ਮੇਰੇ ਉੱਪਰ ਐਗਜ਼ਾਮਸ ਦਾ ਪ੍ਰੈਸ਼ਰ ਥੋੜ੍ਹਾ ਜਿਹਾ ਆ ਗਿਆ ਸੀਗਾ ਕਿ ਮੈਂ ਸਾਰੇ ਐਗਜ਼ਾਮਸ ਇਕੱਠੇ ਕਰਨੇ ਆ। ਬਟ ਇਨ ਦ ਐਂਡ ਜਦੋਂ ਸਾਰਾ ਕੁਝ ਖਤਮ ਹੋਇਆ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਪਿਆ ਸੀ ਆਪਣੇ ਆਪ ਤੇ ਕਿ ਜਿੱਥੇ ਲੋਕਾਂ ਨੇ ਉਹਨੂੰ ਥੋੜੇ ਥੋੜੇ ਵੇ ਦੇ ਵਿੱਚ ਕੀਤਾ, ਮੈਂ ਸਾਰਾ ਇਕੱਠਾ ਕਰਕੇ ਆਪਣਾ ਫਿਨਿਸ਼ ਕਰ ਲਿਆ ਸਾਰਾ। ਟਰਨਿੰਗ ਪੁਆਇੰਟ ਇਹ ਸੀਗਾ ਕਿ ਮੈਨੂੰ ਜਦੋਂ ਪਾਪਾ ਦੇ ਫਰੈਂਡ ਨੇ ਇਸ ਚੀਜ਼ ਬਾਰੇ ਦੱਸਿਆ ਤਾਂ ਮੈਨੂੰ ਕਾਫੀ ਇੰਟਰਸਟਿੰਗ ਲੱਗੀ ਸੀ ਇਹ ਫੀਲਡ। ਐਂਡ ਮੈਨੂੰ ਕਾਫੀ ਪਸੰਦ ਆਇਆ ਸੀਗਾ ਕਿ ਬਹੁਤ ਸਾਰੇ ਲੋਕ ਡਾਕਟਰਸ, ਆਪਾਂ ਇਸ ਚੀਜ਼ ਨੂੰ ਅਗਰ ਲੈ ਕੇ ਚੱਲੀਏ ਕਿ ਅੱਜ ਮੈਂ ਅਗਰ MBBS ਕੰਪਲੀਟ ਕਰਕੇ ਆਈ ਹੁੰਦੀ ਤਾਂ ਇਹ ਸਾਰਾ ਕੁਝ ਨਹੀਂ ਹੋ ਰਿਹਾ ਹੋਣਾ ਸੀਗਾ, ਰਾਈਟ। ਐਂਡ ਇਸ ਕਰਕੇ ਏਵੀਏਸ਼ਨ ਬਹੁਤ ਡਿਫਰੈਂਟ ਐਂਡ ਇੱਕ ਪੁਆਇੰਟ ਤੇ ਲੱਗੀ ਜੋ ਮੈਨੂੰ ਪਸੰਦ ਆਈ। ਐਂਡ ਮੈਂ ਫਿਰ ਆਪਣਾ ਉਹ ਕਰ ਲਿਆ, ਚੇਂਜ ਕਰ ਲਿਆ ਥੋੜ੍ਹਾ ਜਿਹਾ ਮਾਇੰਡ ਉਸ। ਨਹੀਂ ਟਫ ਤਾਂ ਨਹੀਂ ਹੈਗਾ, ਅਗਰ ਆਪਾਂ ਕਰਨ ਤੇ ਆ ਜਾਈਏ ਤਾਂ ਮੇਰੇ ਖਿਆਲ ਨਾਲ ਇੰਜੀਨੀਅਰਿੰਗ ਕਰਨੀ ਜਿਹੜੀ ਉਹ ਜ਼ਿਆਦਾ ਡਿਫਿਕਲਟ ਹੈ ਅਗਰ ਮਤਲਬ ਸਟੱਡੀਜ਼ ਦੇ ਰਿਲੇਟਡ। ਬਟ ਹਾਂਜੀ, ਮਿਹਨਤ ਤਾਂ ਲੱਗਦੀ ਆ, ਐਗਜ਼ਾਮਸ ਕੰਪਲੀਟ ਕਰਨੇ ਹੁੰਦੇ ਆ, ਤੁਹਾਡੇ ਉੱਪਰ ਇੱਕ ਟਾਈਮ ਲਾਈਨ ਹੁੰਦੀ ਆ, ਇੱਕ ਡੈਡਲਾਈਨ ਹੁੰਦੀ ਆ। ਅਗਰ ਤੁਸੀਂ ਉਸ ਟਾਈਮ ਤੱਕ ਨਹੀਂ ਕਰ ਪਾਉਂਦੇ ਤਾਂ ਦੁਬਾਰਾ ਤੋਂ ਸਾਰਾ ਕੁਝ ਸ਼ੁਰੂ ਕਰਨਾ ਪੈਂਦਾ ਆ, ਦੁਬਾਰਾ ਤੋਂ ਐਗਜ਼ਾਮਸ A to Z ਸ਼ੁਰੂ ਕਰਨੇ ਪੈਂਦੇ ਆ। ਮਿਹਨਤ ਲੱਗਦੀ ਆ, ਬਟ ਇਨ ਦ ਐਂਡ ਜਦੋਂ ਖਤਮ ਹੋ ਜਾਂਦਾ ਆ ਤਾਂ ਫਿਰ ਕਾਫੀ ਹੈਪੀ ਮੂਮੈਂਟ ਹੁੰਦਾ ਆ ਕਿ ਮੈਂ ਇਹ ਕਰ ਲਿਆ। ਮੈਂ ਐਕਸਾਈਟਿਡ ਤੇ ਥੋੜ੍ਹੀ ਡਰੀ ਹੋਈ ਸੀ ਐਟ ਦ ਸੇਮ ਟਾਈਮ। ਐਕਸਾਈਟਿਡ ਤਾਂ ਸੀ ਕਿਉਂਕਿ ਨੈਕਸਟ ਟਾਈਮ ਤੋਂ ਸਾਰੀਆਂ ਫਲਾਈਟ ਸੋਲੋ ਕਰਨੀਆਂ ਸੀਗੀਆਂ, ਇੰਸਟਰਕਟਰ ਨੇ ਨਾਲ ਨਹੀਂ ਹੋਣਾ ਸੀ, ਡਿਫਰੈਂਟ ਏਅਰਪੋਰਟਸ ਤੇ ਜਾਣ ਨੂੰ ਮਿਲਣਾ ਸੀ, ਡਿਫਰੈਂਟ ਟਾਈਪ ਦੇ ਸੀਨਸ ਐਂਡ ਸੀਨਰੀਜ਼ ਦੇਖਣ ਨੂੰ ਮਿਲਣੀਆਂ ਸੀਗੀਆਂ। ਬਟ ਡਰੀ ਇਸ ਕਰਕੇ ਹੋਈ ਸੀ, ਇੱਕ ਤਾਂ ਵੈਦਰ ਅੱਛਾ ਨਹੀਂ ਸੀਗਾ ਬਹੁਤ ਜ਼ਿਆਦਾ, ਤੇ ਫਸਟ ਟਾਈਮ ਫਲਾਈ ਕਰਨਾ ਸੀ, ਸੋਲੋ ਡਰ ਲੱਗਦਾ ਸੀ, ਲੈਂਡਿੰਗ ਕਿੱਦਾਂ ਦੀ ਜਾਊਗੀ, ਤਾਂ ਕੁਛ ਹੁੰਦਾ ਹੈ ਤਾਂ ਸਾਰਾ ਕੁਛ ਵਿਜੀਬਿਲਿਟੀ ਘੱਟ ਗਈ ਵੱਧ ਗਈ, ਤਾਂ ਥੋੜ੍ਹਾ ਜਿਹਾ ਉਹਦਾ ਡਰ ਲੱਗਦਾ ਪਿਆ ਸੀ। ਬਟ ਜਦ ਸੋਲੋ ਕੰਪਲੀਟ ਹੋ ਗਈ, ਜਦ ਉਹਨਾਂ ਨੇ ਉਹ ਸੈਰੇਮਨੀ ਕੀਤੀ, ਸੈਲੀਬ੍ਰੇਟ ਕੀਤਾ, ਤਾਂ ਬਹੁਤ ਵਧੀਆ ਲੱਗਾ ਸੀਗਾ। ਫਿਰ ਚੇਂਜ ਬਹੁਤ ਜ਼ਿਆਦਾ ਆਇਆ ਕਿਉਂਕਿ ਸਿੰਸ ਤੁਹਾਨੂੰ ਦੱਸਿਆ ਕਿ ਮੈਡੀਕਲ ਫਿਟਨੈਸ ਜਿਹੜੀ ਹੈ ਉਹ ਐਵਰੀ ਈਅਰ ਤੁਹਾਡੀ ਚੈੱਕ ਕਰਦੇ ਆ, ਮੈਡੀਕਲ ਕਲੀਅਰ ਕਰਨਾ ਹੁੰਦਾ, ਤੇ ਉਹਦੇ ਲਈ ਤੁਹਾਨੂੰ ਕਾਫੀ ਖਾਣਾ ਪੀਣਾ ਐਂਡ ਉਹ ਸਾਰੀਆਂ ਚੀਜ਼ਾਂ ਦਾ ਕਾਫੀ ਦੇਖਣਾ ਪੈਂਦਾ। ਤੁਹਾਡਾ ਮੈਂਟਲੀ ਤੁਸੀਂ ਇਮੋਸ਼ਨਲੀ ਬਹੁਤ ਸਟਰੋਂਗ ਹੋਣੇ ਚਾਹੀਦੇ ਹੋ, ਪੇਸ਼ੈਂਸ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ, ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਫੀ ਚੇਂਜ ਆਇਆ। ਮੇਰਾ ਨਾਮ ਦਰਸ਼ਨਾ ਦੇਵੀ ਹੈ, ਮੈਂ ਦੀਪਸ਼ਿਖਾ ਦੀ ਮੰਮੀ। ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੀ ਬੇਟੀ ਦੇ ਪਾਇਲਟ ਬਣਨ ਤੇ, ਕਿਉਂਕਿ ਅੱਜ ਕੱਲ ਜਿਹੜੀਆਂ ਬੇਟੀਆਂ ਆ ਬਹੁਤ ਤਰੱਕੀ ਕਰ ਰਹੀਆਂ ਆ, ਦੂਸਰੇ ਫੀਲਡ ਵਿੱਚ ਜਾ ਰਹੀਆਂ,
ਪਰ ਇਹ ਜਿਹੜਾ ਫੀਲਡ ਹੈ ਇਹਨੇ ਅਲੱਗ ਚੁਣਿਆ, ਸਾਨੂੰ ਇਹਦੇ ਉੱਤੇ ਬਹੁਤ ਮਾਣ ਆ, ਔਰ ਇਹਨੇ ਇਹ ਜਿਹੜਾ ਫੀਲਡ ਪ੍ਰਾਪਤ ਕਰਕੇ ਆਪਣੀ ਜਿਹੜੀ ਆ ਉਪਲਬਧੀ ਕਰਕੇ ਸਾਡਾ ਮਾਣ ਵਧਾਇਆ, ਸਾਨੂੰ ਬਹੁਤ ਖੁਸ਼ੀ ਆਪਣੀ ਬੇਟੀ ਦੀ। ਨਹੀਂ ਵੈਸੇ ਤਾਂ ਡਾਕਟਰ ਬਣਾਉਣ ਦਾ ਸੁਪਨਾ ਸੀਗਾ, ਕਿਉਂਕਿ ਡਾਕਟਰ ਸਾਹਿਬ ਵੀ ਚਾਹੁੰਦੇ ਸੀਗੇ ਕਿ ਉਹਨਾਂ ਦਾ ਬੱਚਾ ਜਿਹੜਾ ਕੋਈ ਡਾਕਟਰ ਬਣੇ, ਤੇ ਅਸੀਂ ਤਾਂ ਡਾਕਟਰ ਬਣਾਉਣ ਦੇ ਸੋਚ ਰਹੇ ਸੀ, ਪਰ ਅਚਾਨਕ ਜਿਹੜਾ ਆ ਇਹਦਾ ਜਿਹੜਾ ਮਾਇੰਡ ਜਿਹੜਾ ਚੇਂਜ ਹੋ ਗਿਆ ਔਰ ਇਸ ਸਾਈਡ ਤੇ ਚਲੇ ਗਈ। ਤਾਂ ਸਾਨੂੰ ਤਾਂ ਇਹ ਸੀਗਾ ਕਿ ਬੱਚੇ ਜਿਹੜੇ ਆ ਕਾਮਯਾਬ ਹੋਣੇ ਚਾਹੀਦੇ ਆ, ਚਾਹੇ ਕਿਸੇ ਵੀ ਫੀਲਡ ਵਿੱਚ ਜਾਣ, ਤੇ ਇਸ ਸਾਈਡ ਤੇ ਜਾਣ ਤੇ ਵੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਜਦੋਂ ਵੀ ਇਹਦੀ ਪਹਿਲੀ ਫਲਾਇੰਗ ਹੋਏਗੀ ਤੇ ਜ਼ਰੂਰ ਜਾਵਾਂਗੇ, ਪਰ ਅਸੀਂ ਤਾਂ ਹਜੇ ਤੱਕ ਦੋਨਾਂ ਨੇ ਪਾਸਪੋਰਟ ਵੀ ਨਹੀਂ ਬਣਾਏ, ਅਸੀਂ ਹੁਣ ਪਾਸਪੋਰਟ ਬਣਾਵਾਂਗੇ। ਕਦੀ ਪਹਿਲੇ ਸੋਚਿਆ ਨਹੀਂ ਸੀਗਾ ਕਿ ਪਾਸਪੋਰਟ ਦੀ ਜ਼ਰੂਰਤ ਪਏਗੀ, ਤੇ ਕਿਤੇ ਬਾਹਰ ਜਾਣ ਦਾ ਸੋਚਿਆ ਹੀ ਨਹੀਂ ਸੀ, ਪਰ ਬੇਟੀ ਨੇ ਹੁਣ ਫੀਲਡ ਇਹ ਜਿਹਾ ਚੁਣ ਲਿਆ, ਹੁਣ ਤਾਂ ਜ਼ਰੂਰ ਬਣਾਵਾਂਗੇ ਔਰ ਜਦੋਂ ਵੀ ਇਹਦੀ ਪਹਿਲੀ ਫਲਾਇੰਗ ਹੋ ਗਈ ਉਹਦੇ ਵਿੱਚ ਜ਼ਰੂਰ ਜਾਵਾਂਗੇ।